ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਦੋਸਤ ਰਜਿੰਦਰ ਬਰਾੜ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹਾਂ ਕਿ ਦੋਸਤੋ ਮੈਂ ਮਹਿੰਗਾਈ ਜਿਹੜੀ ਸਭ ਤੋਂ ਵੱਡੀ ਸਮੱਸਿਆ ਭਾਰਤ ਦੇ ਵਿੱਚ ਬਣੀ ਹੋਈ ਆ, ਪਰ ਜਿਹੜੀ ਸਭ ਤੋਂ ਵੱਡੀ ਸਮੱਸਿਆ ਇਸ ਟਾਈਮ ਦੀ ਬਣੀ ਹੋਈ ਆ ਉਹ ਹੈਗੀ ਹੈ ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਹੋਈਆਂ ਕੀਮਤਾਂ। ਆਪਾਂ ਜਾਣਦੇ ਹਾਂ ਕਿ ਕੁਝ ਟਾਈਮ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਹਰ ਰੋਜ਼ ਵੱਧ ਰਹੀਆਂ, ਸੋ ਹਾਲਤ ਇਹ ਬਣ ਗਈ ਆ ਕਿ ਭਾਰਤ ਦੇ ਵਿੱਚ ਜਿਹੜੀ ਡੀਜ਼ਲ ਦੀ ਕੀਮਤ ਆ ਉਹ 67 ਤੋਂ 68 ਰੁਪਏ ਤੱਕ ਪਹੁੰਚ ਚੁੱਕੀ ਆ, ਜੋ ਕਿ ਕਿਸਾਨਾਂ ਦੇ ਲਈ ਅਤੇ ਵਪਾਰੀ ਵਰਗ ਦੇ ਲਈ ਬਹੁਤ ਵੱਡੀ ਮੁਸੀਬਤ ਬਣ ਗਈ ਹੈ। ਕਿਉਂਕਿ ਡੀਜ਼ਲ ਇੱਕ ਇਹੋ ਜਿਹੀ ਚੀਜ਼ ਆ ਜੋ ਕਿਸਾਨ ਨੂੰ ਖੇਤੀ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ, ਇਸ ਤੋਂ ਇਲਾਵਾ ਜਿਹੜੇ ਵਪਾਰੀ ਵਰਗ ਉਹਨਾਂ ਲਈ ਵੀ ਡੀਜ਼ਲ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ, ਸੋ ਇਹ ਇੱਕ ਪਰੇਸ਼ਾਨੀ ਦੀ ਗੱਲ ਬਣੀ ਹੋਈ ਆ। ਸੋ ਦੋਸਤੋ, ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਇੱਕ ਅਜਿਹਾ ਦੇਸ਼ ਵੀ ਹੈ ਜੋ ਭਾਰਤ ਤੋਂ ਹੀ ਤੇਲ ਲੈਂਦਾ, ਪਰ ਜਿਹੜੀ ਉਹਨਾਂ ਦੀ ਕੀਮਤ ਆ ਪੈਟਰੋਲ ਦੀ ਕੀਮਤ ਦੀ ਗੱਲ ਕਰੀਏ ਤਾਂ ਉਹ 52 ਰੁਪਏ ਆ, ਜਦੋਂ ਕਿ ਭਾਰਤ ਵਿੱਚ ਜਿਹੜੀ ਪੈਟਰੋਲ ਦੀ ਕੀਮਤ ਆ ਉਹ 76 ਰੁਪਈਏ ਆ। ਸੋ ਇਸ ਬਾਰੇ ਆਪਾਂ ਗੱਲ ਕਰਾਂਗੇ ਕਿ ਭਾਰਤ ਤੋਂ ਇੱਕ ਦੇਸ਼ ਤੇਲ ਲੈ ਕੇ ਇੰਨਾ ਸਸਤਾ ਕਿਵੇਂ ਦੇ ਸਕਦਾ, ਉਸ ਦੇਸ਼ ਦਾ ਆਪਾਂ ਤੁਹਾਨੂੰ ਨਾਮ ਵੀ ਦੱਸਾਂਗੇ, ਤੁਸੀਂ ਹੈਰਾਨ ਹੋ ਜਾਓਗੇ ਕਿ ਬਿਲਕੁਲ ਭਾਰਤ ਦਾ ਉਹ ਗੁਆਂਢੀ ਦੇਸ਼ ਆ, ਭਾਰਤ ਤੋਂ ਸਿਰਫ 1 ਕਿਲੋਮੀਟਰ ਦੂਰ ਆ। ਕੁਝ ਭਾਰਤ ਦੇ ਲੋਕ ਉੱਥੇ ਜਾ ਕੇ ਤੇਲ ਸਸਤਾ ਪਵਾਉਂਦੇ ਵੀ ਆ, ਸੋ ਕੀ ਕਾਰਨ ਆ ਕਿ ਉਹ ਭਾਰਤ ਤੋਂ ਤੇਲ ਖਰੀਦਦਾ ਅਤੇ ਇੰਨਾ ਸਸਤਾ ਦਿੰਦਾ, ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਤੁਹਾਨੂੰ ਇੱਕ ਕੁਐਸਚਨ ਆ, ਤੁਸੀਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਉਸਦਾ ਆਂਸਰ ਦਿਓ। ਦੋਸਤੋ, ਕੀ ਤੁਸੀਂ ਵੀ ਤੇਲ ਦੀ ਜਿਹੜੀ ਪਰੇਸ਼ਾਨੀ ਤੋਂ ਜੂਝ ਰਹੇ ਹਾਂ, ਕਿ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਨੂੰ ਕੰਟਰੋਲ ਕੀਤਾ ਜਾ ਸਕਦਾ, ਕਿ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਹੀ ਡੀਜ਼ਲ ਅਤੇ ਪੈਟਰੋਲ ਦੀ ਕੀਮਤ ਵੱਧ ਰਹੀ ਆ? ਤੁਸੀਂ ਸਾਰੀਆਂ ਗੱਲਾਂ ਜ਼ਰੂਰ ਆਪਣੇ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰੋ, ਆਪਾਂ ਅਗਲੀ ਵੀਡੀਓ ਵਿੱਚ ਤੁਹਾਡੇ ਕਮੈਂਟਾਂ ਉੱਪਰ ਗੱਲਬਾਤ ਵੀ ਕਰਾਂਗੇ, ਤਾਂ ਥੋੜ੍ਹਾ ਜਿਹਾ ਟਾਈਮ ਕੱਢ ਕੇ ਕਮੈਂਟ ਜ਼ਰੂਰ ਕਰੋ। ਸੋ ਦੋਸਤੋ, ਇਸ ਤੋਂ ਇਲਾਵਾ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਕਿਉਂਕਿ ਮੇਰੇ ਹਰ ਰੋਜ਼ ਵੀਡੀਓਜ਼ ਲੈ ਕੇ ਆਉਂਦਾ ਰਹਿੰਦਾ ਜੋ ਕਿ ਪੰਜਾਬੀ ਦੇ ਵਿੱਚ ਹੁੰਦੀਆਂ। ਅਪਕਮਿੰਗ ਵੀਡੀਓਜ਼ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਸੋ ਆਪਾਂ ਹੁਣ ਜਲਦੀ ਜਲਦੀ ਉਸ ਦੇਸ਼ ਬਾਰੇ ਗੱਲ ਕਰਦੇ ਹਾਂ ਜੋ ਭਾਰਤ ਤੋਂ ਤੇਲ ਲੈ ਕੇ ਬਹੁਤ ਘੱਟ ਕੀਮਤ 'ਤੇ ਤੇਲ ਦੇ ਰਿਹਾ ਆਪਣੇ ਲੋਕਾਂ ਨੂੰ। ਸੋ ਉਹ ਦੇਸ਼ ਦਾ ਨਾਮ ਕੀ ਹੈ, ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਦੋਸਤੋ, ਜਿਵੇਂ ਦੱਸ ਚੁੱਕਿਆ ਕਿ ਉਹ ਦੇਸ਼, ਜੇਕਰ ਆਪਾਂ ਭਾਰਤ ਦੇ ਆਸਾਮ ਦੀ ਗੱਲ ਕਰੀਏ, ਉਸ ਦੇ ਬਿਲਕੁਲ ਨਾਲ ਲੱਗਦਾ ਅਤੇ ਉਸ ਦੇਸ਼ ਦਾ ਨਾਮ ਹੈ ਭੂਟਾਨ। ਦੋਸਤੋ, ਤੁਹਾਨੂੰ ਹੈਰਾਨੀ ਹੋਊਗੀ, ਜਿਹੜਾ ਤੇਲ ਲਗਭਗ ਆਪਣੇ ਦੇਸ਼ ਦੇ ਵਿੱਚ 76 ਰੁਪਈਏ ਵੇਚਿਆ ਜਾਂਦਾ, ਜੋ ਕਿ ਹਰ ਰੋਜ਼ ਵੱਧ ਰਿਹਾ, ਉਹੀ ਤੇਲ ਜਿਹੜਾ ਭੂਟਾਨ ਦੇ ਵਿੱਚ ਸਿਰਫ ਔਰ ਸਿਰਫ 52 ਰੁਪਏ ਵੇਚਿਆ ਜਾ ਰਿਹਾ। ਸੋ ਤੁਸੀਂ ਸਮਝ ਸਕਦੇ ਹਾਂ ਕਿ ਇੱਕ ਦੇਸ਼ ਭਾਰਤ ਤੋਂ ਹੀ ਤੇਲ ਲੈ ਕੇ ਕਿੰਨੀ ਘੱਟ ਕੀਮਤ 'ਤੇ ਆਪਣੇ ਲੋਕਾਂ ਨੂੰ ਦੇ ਰਿਹਾ, ਜਦੋਂ ਕਿ ਆਪਣਾ ਜਿਹੜਾ ਭਾਰਤ ਦੇਸ਼ ਆ ਉਹ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਰਿਹਾ। ਸੋ ਇਹ ਦੇਸ਼ ਆਪਣੇ ਹੀ ਲੋਕਾਂ ਦੇ ਲਈ ਇੱਕ ਪਰੇਸ਼ਾਨੀ ਖੜੀ ਕਰ ਰਿਹਾ ਵੱਧਦੀਆਂ ਹੋਈਆਂ ਕੀਮਤਾਂ ਕਰਕੇ, ਕਿਉਂਕਿ ਜੇਕਰ ਸੋਚਿਆ ਜਾਵੇ ਕਿ ਅੱਜ ਪੈਟਰੋਲ ਅਤੇ ਡੀਜ਼ਲ ਬਿਨਾਂ ਕੁਝ ਵੀ ਨਹੀਂ ਚੱਲ ਸਕਦਾ। ਜੇਕਰ ਆਪਾਂ ਖੇਤੀ ਦੀ ਗੱਲ ਕਰੀਏ ਤਾਂ ਖੇਤੀ ਦੇ ਜਿਹੜੇ ਸਾਰੇ ਸਾਧਨ ਉਹ ਡੀਜ਼ਲ 'ਤੇ ਚੱਲਦੇ ਆ, ਸੋ ਕਿਸਾਨਾਂ ਦੇ ਉੱਪਰ ਬਹੁਤ ਵੱਡਾ ਬੋਝ ਪਾਇਆ ਜਾ ਰਿਹਾ, ਕਿਉਂਕਿ ਫਸਲਾਂ ਦੇ ਉਨੇ ਰੇਟ ਨਹੀਂ ਮਿਲਦੇ, ਤੁਹਾਨੂੰ ਪਤਾ। ਸੋ ਦੋਸਤੋ, ਆਪਾਂ ਗੱਲ ਕਰ ਲੈਂਦੇ ਹਾਂ ਕਿ ਕੀ ਕਾਰਨ ਆ ਕਿ ਭੂਟਾਨ ਦੇ ਵਿੱਚ ਇੰਨਾ ਜ਼ਿਆਦਾ ਸਸਤਾ ਤੇਲ ਇੰਡੀਆ ਤੋਂ ਮੰਗਾ ਕੇ ਵੇਚਿਆ ਜਾਂਦਾ। ਦੋਸਤੋ, ਇਸ ਦੀ ਸਭ ਤੋਂ ਵੱਡੀ ਕਾਰਨ ਇਹ ਹੈ ਕਿ 1 ਜੁਲਾਈ 2017 ਨੂੰ ਭਾਰਤ ਸਰਕਾਰ ਨੇ GST ਲਾਗੂ ਕਰ ਦਿੱਤਾ ਸੀ, ਪਰ ਭੂਟਾਨ ਦੇ ਵਿੱਚ GST ਨਹੀਂ ਹੈ, ਅਤੇ ਉਹਨਾਂ ਨੂੰ ਇੱਕ ਹੋਰ ਫਾਇਦਾ ਹੋਇਆ, ਉਹਨਾਂ ਦੇ ਜਿਹੜਾ ਐਕਸਚੇਂਜ ਡਿਊਟੀ ਜਿਹੜੀ ਸੀਗੀ ਲੱਗਦੀ ਸੀ ਉਹ ਵੀ ਖਤਮ ਕਰ ਦਿੱਤੀ ਗਈ। ਸੋ ਭੂਟਾਨ ਦੇ ਵਿੱਚ ਜੋ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਸੀ ਉਹ ਕਾਫ਼ੀ ਜ਼ਿਆਦਾ ਘੱਟ ਗਈਆਂ। ਸੋ ਆਪਾਂ ਗੱਲ ਕਰ ਚੁੱਕੇ ਹਾਂ ਕਿ ਜਿਹੜੇ ਭੂਟਾਨ ਦੇ ਵਿੱਚ ਪੈਟਰੋਲ ਦੀ ਕੀਮਤ ਸਿਰਫ 52 ਰੁਪਈਏ, ਜਦੋਂ ਕਿ ਭਾਰਤ ਦੇ ਵਿੱਚ ਇਹ ਕੀਮਤ 76 ਰੁਪਈਏ। ਇਸ ਤੋਂ ਇਲਾਵਾ ਜੇਕਰ ਆਪਾਂ ਡੀਜ਼ਲ ਦੀ ਗੱਲ ਕਰੀਏ ਤਾਂ ਉਹ ਪੈਟਰੋਲ ਦੇ ਨਾਲੋਂ ਵੀ 12 ਤੋਂ 13 ਰੁਪਏ ਸਸਤਾ, ਜਦੋਂ ਕਿ ਭਾਰਤ ਦੇ ਵਿੱਚ ਹਰ ਰੋਜ਼ ਜਿਹੜੀ ਡੀਜ਼ਲ ਦੀ ਕੀਮਤ ਵੱਧ ਰਹੀ ਹੈ, ਅਤੇ ਅੱਜ ਦੀ ਗੱਲ ਕਰੀਏ ਤਾਂ ਅੱਜ ਡੀਜ਼ਲ ਦੀ ਕੀਮਤ 68 ਰੁਪਏ ਹੋ ਚੁੱਕੀ ਆ। ਸੋ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਜਲਦੀ ਹੀ ਸ਼ਾਇਦ ਇਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗਾ। ਸੋ ਦੋਸਤੋ, ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਭਾਰਤ ਦੇ ਕੁਝ ਲੋਕ ਜੋ ਕਿ ਭੂਟਾਨ ਦੇ ਬਿਲਕੁਲ ਨਾਲ ਲੱਗਦੇ ਅਤੇ ਆਸਾਮ ਦੇ ਵਿੱਚ ਰਹਿੰਦੇ ਆ, ਉਹਨਾਂ ਲਈ ਜਿਹੜੀ ਇਹ ਭੂਟਾਨ ਦੀਆਂ ਘੱਟ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਫਾਇਦਾ ਪਹੁੰਚਾ ਰਹੀਆਂ, ਕਿਉਂਕਿ ਭਾਰਤ ਦੇ ਜਿਹੜੇ ਭੂਟਾਨ ਦੇ ਨਾਲ ਲੱਗਦੇ ਲੋਕ
ਬਾਰਡਰ ਪਾਰ ਕਰਕੇ ਉੱਧਰ ਜਾ ਕੇ ਡੀਜ਼ਲ ਆਪਣੀਆਂ ਗੱਡੀਆਂ ਦੇ ਵਿੱਚ ਪਵਾ ਲੈਂਦੇ ਆ। ਸੋ ਤੁਹਾਨੂੰ ਪਤਾ ਹੋਊਗਾ ਕਿ ਭੂਟਾਨ ਅਤੇ ਇੰਡੀਆ ਬਿਲਕੁਲ ਨਾਲ ਨਾਲ ਆ ਅਤੇ ਉਹਨਾਂ ਦੀ ਕਰੰਸੀ ਦਾ ਰੇਟ ਵੀ ਬਿਲਕੁਲ ਸੇਮ ਆ। ਸੋ ਦੱਸ ਦਈਏ ਕਿ ਭੂਟਾਨ ਅਤੇ ਜਿਹੜੇ ਇੰਡੀਆ ਦੇ ਲੋਕ ਆ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ, ਕਿਉਂਕਿ ਉਹਨਾਂ ਦੀ ਚੈਕਿੰਗ ਨਹੀਂ ਹੁੰਦੀ। ਭੂਟਾਨ ਦੇ ਲੋਕ ਵੀ ਇੱਧਰ ਆ ਸਕਦੇ ਆ ਅਤੇ ਜਿਹੜੇ ਇੰਡੀਆ ਦੇ ਲੋਕ ਵੀ ਭੂਟਾਨ ਦੇ ਵਿੱਚ ਜਾ ਸਕਦੇ ਆ। ਸੋ ਉਹ ਇਸ ਚੀਜ਼ ਦਾ ਕਾਫ਼ੀ ਜ਼ਿਆਦਾ ਫਾਇਦਾ ਉਠਾ ਰਹੇ ਆ। ਸੋ ਦੋਸਤੋ ਆਪਾਂ ਅੰਤ ਵਿੱਚ ਇਹੀ ਕਹਿਣਾ ਚਾਹਾਂਗੇ ਕਿ ਸਰਕਾਰਾਂ ਨੂੰ ਕੁਝ ਇੱਦਾਂ ਦਾ ਕਰਨਾ ਚਾਹੀਦਾ ਕਿ ਜੇਕਰ ਆਪਣੇ ਦੇਸ਼ ਦੀ ਉਹ ਤਰੱਕੀ ਦੇਖਣੀ ਚਾਹੁੰਦੇ ਤਾਂ ਜਿਹੜੇ ਮੇਨ ਚੀਜ਼ਾਂ ਪੈਟਰੋਲ ਅਤੇ ਡੀਜ਼ਲ ਰੇਟ ਉੱਪਰ ਕੰਟਰੋਲ ਕਰੇ ਅਤੇ ਜਿਹੜਾ ਲੋਕਾਂ ਨੂੰ ਸਸਤਾ ਪੈਟਰੋਲ ਅਤੇ ਡੀਜ਼ਲ ਕਿਸੇ ਤਰ੍ਹਾਂ ਵੀ ਮੁਹੱਈਆ ਕਰਾਵੇ ਤਾਂ ਕਿ ਦੇਸ਼ ਦੀ ਤਰੱਕੀ ਉਸੇ ਤਰ੍ਹਾਂ ਚੱਲ ਸਕੇ, ਕਿਉਂਕਿ ਸਭ ਕੁਝ ਜੇਕਰ ਅੱਜ ਦੀ ਗੱਲ ਕਰੀਏ ਤਾਂ ਉਹ ਪੈਟਰੋਲ ਅਤੇ ਡੀਜ਼ਲ ਉੱਪਰ ਹੀ ਨਿਰਭਰ ਆ। ਜੇਕਰ ਉਹੀ ਲੋਕਾਂ ਨੂੰ ਬਹੁਤ ਜ਼ਿਆਦਾ ਮਹਿੰਗਾ ਮਿਲੂਗਾ ਤਾਂ ਆਮ ਲੋਕਾਂ ਦਾ ਬਹੁਤ ਬੁਰਾ ਹਾਲ ਹੋਜੂਗਾ। ਸੋ ਤੁਸੀਂ ਆਪਣੀ ਰਾਏ ਕਮੈਂਟ ਰਾਹੀਂ ਜ਼ਰੂਰ ਦੇਣੀ ਹੈ ਅਤੇ ਦੱਸਣਾ ਕਿ ਤੁਸੀਂ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਹਰ ਰੋਜ਼ ਵੱਧਦੀਆਂ ਕੀਮਤਾਂ ਤੋਂ ਪਰੇਸ਼ਾਨ ਹੋ। ਪਲੀਜ਼ ਤੁਸੀਂ ਕਮੈਂਟ ਕਰੋ, ਆਪਾਂ ਅਗਲੀ ਵੀਡੀਓ ਤੁਹਾਡੇ ਕਮੈਂਟਾਂ ਦੀ ਆਪਾਂ ਗੱਲਬਾਤ ਕਰਾਂਗੇ। ਥੈਂਕ ਯੂ ਸੋ ਮੱਚ।